ਨਾਮ ਪਰਮਜੀਤ ਕੌਰ ਅੱਜ ਵੀ ਭੁੱਖ ਹੜਤਾਲ ਦੇ ਬੈਠਕੀ ਕਰ ਰਹੀ ਹੈ। ਅਸੀਂ ਕਿਸਾਨਾਂ ਦੇ ਹੱਕ ਵਿੱਚ ਬੈਠੇ ਹਾਂ, ਉਹ ਦਿੱਲੀ ਬਾਰਡਰ ਤੇ ਬੈਠੇ ਆ, ਅਸੀਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਪ੍ਰੋਟੈਸਟ ਲਈ ਬੈਠੇ ਆ। ਹਾਂਜੀ, ਤੇ ਲੋਕੀ ਦੇ ਅਨਪੜ ਕਹਿ ਰਹੇ ਨੇ ਕਿਸਾਨਾਂ ਦੇ ਬੀਬੀਆਂ ਨੂੰ ਮਾੜਾ ਚੰਗਾ ਬੋਲ ਰਹੇ ਬਾਲੀਵੁੱਡ ਦੇ ਸਿੰਗਰ, ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹਾਂਗੇ ਕਿ ਬਾਲੀਵੁੱਡ ਦੇ ਸਿੰਗਰਾਂ ਨੂੰ ਕੀ ਪਤਾ ਹੋਵੇ, ਸਾਡੇ ਸਿੰਗਰਾਂ ਕੋ ਜਾ ਕੇ ਪੁੱਛੋ ਉਹ ਕੀ ਕੁਛ ਨਹੀਂ ਕਰਦੇ ਪਏ ਕਿਸਾਨਾਂ ਵਾਸਤੇ। ਸਾਡੇ ਪੰਜਾਬ ਦੇ ਸਾਰੇ ਸਿੰਗਰ ਉਹਨਾਂ ਦੇ ਨਾਲ, ਉਹਨਾਂ ਨੂੰ ਉੱਥੇ ਬੈਠਿਆਂ ਨੂੰ ਕੀ ਪਤਾ ਹੋਵੇ ਕਿ ਖੇਤੀ ਕਿਸ ਤਰ੍ਹਾਂ ਕਰੀਦੀ ਹੈ, ਕਿਸ ਤਰ੍ਹਾਂ ਨਹੀਂ, ਕਿਸ ਤਰ੍ਹਾਂ ਪਰਿਵਾਰ ਚਲਾਈ ਦੇ, ਕਿਸ ਤਰ੍ਹਾਂ ਨਹੀਂ, ਉਹਨਾਂ ਨੂੰ ਕੁਛ ਨਹੀਂ ਪਤਾ। ਉਹਨਾਂ ਨੂੰ ਸਿਰਫ ਉਹ ਮੋਦੀ ਦੇ ਗਏ ਨੇ, ਉਹਨਾਂ ਨੇ ਮੋਦੀ ਦੇ ਪ੍ਰੋਟੈਸਟ ਕਰਨ ਵਾਸਤੇ ਬੈਠੇ ਹੈ। ਉਹਨਾਂ ਦੇ ਬੀਜੀ ਨੂੰ ਪੇੜ ਕਿਹਾ ਜਾ ਰਿਹਾ ਕਿ ਧਰਨੇ 'ਤੇ ਬੈਠੀਆਂ ਹੋਈਆਂ ਵਾ ਕਿਸਾਨਾਂ ਦੇ ਨਾਲ, ਉਹਨਾਂ ਨੇ ਕਹਿ ਰਹੇ ਜੀ ਪੇੜ ਬੈਠੀਆਂ ਹੋਈਆਂ, ਪੈਸੇ ਲੈ ਕੇ ਬੈਠੀਆਂ, ਪੈਸੇ ਲੈ। ਰਣੌਤ ਕੰਗਣਾ ਹੀ ਕਹਿ ਰਹੀ ਹੈ, ਹੋਰ ਤਾਂ ਕੋਈ ਨਹੀਂ ਕਹਿ ਰਿਹਾ, ਕਿਉਂਕਿ ਉਹਨੂੰ ਖੁਦ ਨੂੰ ਨਹੀਂ ਪਤਾ ਹੈਗਾ। ਉਹਨੂੰ ਪਤਾ ਹੋਵੇ ਤਾਂ ਉਹ ਇੰਨੀ ਗੱਲ ਕਦੀ ਵੀ ਨਾ ਕਵੇ। ਆਪਣੀਆਂ ਮਾਵਾਂ ਭੈਣਾਂ ਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਹੱਥੀਂ ਆਪਣੀ ਖੇਤੀ ਕੀਤੀ ਹੋਵੇ? ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ, ਉਹ ਸਾਰੇ ਮੋਦੀ ਦੇ ਨੇ। ਕਿਸਾਨਾਂ ਦੇ ਬੱਚਿਆਂ ਨੂੰ ਨਸ਼ੇ ਵੱਲੋਂ ਕਿਹਾ ਜਾ ਰਿਹਾ ਜੀ, ਨਸ਼ਾ ਕਰਦੇ ਨੇ, ਕੀ ਕਹਿੰਦੇ? ਅੱਜ ਤੁਸੀਂ ਦੇਖ ਲਓ ਕਿਸਾਨਾਂ ਦੇ ਬੱਚੇ ਉੱਥੇ ਕੋਈ ਨਸ਼ੇ ਦੇ ਸਿਰ ਤੇ ਹੈਗੇ ਨੇ, ਕਿਵੇਂ ਉਹਨਾਂ ਪਾਣੀ ਦੀਆਂ ਬੁਛਾਰਾਂ, ਕਿਸ ਤਰ੍ਹਾਂ ਵੱਡੇ ਵੱਡੇ ਗਾਰਡਰ ਵਗੈਰਾ ਸਾਰੇ ਸਾਈਡਾਂ ਦੇ ਕਿਤੇ ਨਸ਼ੇ, ਜਿਹੜੀ ਬੰਦਾ ਕਰ ਸਕਦਾ ਉਹ ਤਾਂ ਇੱਕ ਗਲਾਸ ਵੀ ਨਹੀਂ ਪਾਣੀ ਦਾ ਆਪਣੇ ਆਪ ਚੁੱਕ ਸਕਦਾ, ਅਤੇ ਉਹ ਕਹਿ ਰਹੇ ਨਸ਼ੇੜੀ। ਅੱਜ ਤਾਂ ਸਾਰਾ ਕੁਛ ਦੱਸ ਰਹੀ ਮੀਡੀਆ ਕਿ ਦੇਖ ਲਓ ਇਹ ਪੰਜਾਬ ਨੂੰ ਜਿਹੜਾ ਬਦਨਾਮ ਕਰ ਰਹੇ ਨੇ, ਇਹ ਕੋਈ ਨਸ਼ੇੜੀ ਨੇ? ਇੰਨੀ ਦੇਰ ਹੋ ਗਈ ਆ ਉਹਨਾਂ ਨੂੰ ਬੈਠਿਆਂ ਨੂੰ, ਨਸ਼ੇੜੀ ਬੈਠ ਸਕਦੇ ਨੇ? ਇਹ ਸਭ ਗਲਤ ਮੋਦੀ ਦੀਆਂ ਫੈਲਾਈਆਂ ਹੋਈਆਂ ਸਾਰੀਆਂ ਖਬਰਾਂ ਨੇ। ਦੇਖੋ ਜੀ, ਸਾਡੇ ਕਿਸਾਨ ਛੋਟੇ ਛੋਟੇ ਬੱਚੇ ਬਜ਼ੁਰਗ ਜਿਹੜੇ ਨੇ ਉਹ ਸਿੱਗੂ ਬਾਰਡਰ, ਟਿੱਕਰੀ ਬਾਰਡਰ, ਯੂਪੀ ਬਾਰਡਰ, ਰਾਜਸਥਾਨ ਬਾਰਡਰ, ਹਰ ਬਾਰਡਰ 'ਤੇ ਬੈਠੇ ਨੇ। ਦੇਸ਼ਾਂ ਵਿਦੇਸ਼ਾਂ ਦੀ ਲੜਾਈ ਪਹੁੰਚ ਚੁੱਕੀ ਹੈ। ਸ਼ਾਇਦ ਮੋਦੀ ਜੀ ਹਾਲੇ ਵੀ ਨਹੀਂ ਇਹ ਸਮਝ ਰਹੇ ਕਿ ਜਨਤਾ ਜਾਗਰੂਕ ਹੈ, ਔਰ ਪੰਜਾਬੀ ਸ਼ੁਰੂ ਤੋਂ ਹੀ ਜਾਗਰੂਕ ਹੈ। ਉਹਨਾਂ ਦੇ ਨਿਆਣੇ ਦੇਸ਼ਾਂ ਵਿਦੇਸ਼ਾਂ 'ਚ ਪੜ੍ਹਦੇ ਨੇ, ਉਹ ਲੰਗਰ ਲਾਉਣਾ ਜਾਣਦੇ ਨੇ, ਉਹ ਹੱਡ ਪੈਰ ਆਪਣੀ ਮਿਹਨਤ ਕਰਨਾ ਜਾਣਦੇ, ਉਹਨਾਂ ਨੂੰ ਮੂਰਖ ਬਣਾਉਣਾ ਇੰਨਾ ਆਸਾਨ ਨਹੀਂ ਗਾ। ਸੋ ਸਾਡੀ ਅਪੀਲ ਹੈ ਮੋਦੀ ਮੀਡੀਆ ਨੂੰ, ਮੋਦੀ ਮੀਡੀਆ ਕਹਿ ਰਿਹਾ ਗੋਦੀ ਮੀਡੀਆ, ਮੈਂ ਐਸੇ ਮੋਦੀ ਮੀਡੀਆ ਹੀ ਗਾ, ਕਿਉਂਕਿ ਉਹਨਾਂ ਦੇ ਜਿੰਨੇ ਵੀ ਬੰਦੇ ਨੇ ਉਹ ਸਾਰੇ ਰਾਜ ਸਭਾ ਮੈਂਬਰ ਨੇ, ਕਦੀ ਕੁਛ ਨੇ ਝੂਠ 'ਤੇ ਝੂਠ ਪਰੋਸ ਰਹੇ ਨੇ, ਇੰਨਾ ਝੂਠ ਪਰੋਸ ਰਹੇ ਨੇ। ਕਮਾਲ ਹੈ ਮੋਦੀ ਜੀ, ਤੁਸੀਂ ਇਹ ਕਾਲੇ ਕਾਨੂੰਨ ਵਾਪਸ ਲਓ, ਇਹਨਾਂ ਛੋਟੇ ਛੋਟੇ ਬੱਚਿਆਂ 'ਤੇ ਰਹਿਮ ਖਾਓ, ਜਾਬਰ ਅਤੇ ਜ਼ੁਲਮ ਸਰਕਾਰ ਨਾ ਬਣੋ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਹੈ, ਯਾਦ ਕਰੋ ਉਹਨਾਂ ਨੇ ਸ਼ਹਾਦਤ ਕਰਕੇ ਆਪਣਾ ਸੀਸ ਦਿੱਤਾ ਸੀ ਦਿੱਲੀ ਵਿੱਚ ਜਾ ਕੇ। ਅੱਜ ਉਹ ਉਸ ਮਹਾਂਪੁਰਖ ਦਾ, ਉਸ ਮਹਾਂਗੁਰੂ ਦਾ ਦਿਨ ਹੈ ਜਿਹਦੇ ਕਰਕੇ ਅੱਜ ਤੁਸੀਂ ਸ਼ਾਸਨ ਕਰ ਰਹੇ ਹੋ ਹਿੰਦੁਸਤਾਨ ਦੇ ਉੱਤੇ। ਇਹਦੀ ਆਵਾਜ਼ ਸੁਣੋ, ਅਸੀਂ ਡਰਦੇ ਨਹੀਂ ਹਾਂ ਨਾ ਪਰਚਿਆਂ ਤੋਂ ਨਾ ਗੋਲੀਆਂ ਤੋਂ। ਰਿਸ਼ੀ ਜੀ, ਉਹਨਾਂ ਨੂੰ ਅਨਪੜ੍ਹ ਲੋਕ ਕਿਹਾ ਜਾ ਰਿਹਾ ਕਿ ਉੱਥੇ ਧਰਨੇ 'ਤੇ ਬੈਠੇ ਹੋਏ ਨੇ, ਕੀ ਕਾਰਨ ਕੀ ਆ? ਅਗਲੇ ਉੱਥੇ ਜੂਦ ਗੁੰਡੇ ਪਹੁੰਚੇ ਹੋਏ, ਉਹਨਾਂ ਨੂੰ ਨਸ਼ੇ ਦੇ ਵਿੱਚ ਕਿਹਾ ਜਾ ਰਿਹਾ, ਕੀ ਕਾਰਨ? ਦੁਨੀਆ ਦਾ ਸਭ ਤੋਂ ਅਨਪੜ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ। ਉਹਨਾਂ ਨੇ ਆਪਣੇ ਮੂੰਹੋਂ ਮੰਨਿਆ ਕਿਸੇ ਇੰਟਰਵਿਊ 'ਚ ਕਿ ਮੈਂ 10ਵੀਂ ਪਾਸ ਕੀਤੀ ਹੈ, ਲੇਕਿਨ ਉਹ ਗੁੜੇ ਬੜੇ ਹੋਇਆ, ਉਹ ਕਹਿੰਦੇ ਜੀ ਮੈਂ ਗੁੜਿਆ ਬਹੁਤ ਹਾਂ। ਅਤੇ ਇੱਦਾਂ ਹੀ ਹੈ ਕਿ ਇਹ ਸਾਰੇ ਜਿਹੜੇ ਅਨਪੜ੍ਹ ਜਿਨ੍ਹਾਂ ਨੂੰ ਕਹਿ ਰਹੇ ਹੋ, ਇਹ ਗੁੜੇ ਵੀ ਆ ਅਤੇ ਪੜ੍ਹੇ ਵੀ ਲਿਖੇ ਵੀ ਬਹੁਤ ਆ। ਕੀ ਉਹ ਸੈਨਿਕ ਜਿਹੜੇ ਉੱਥੇ ਜਾ ਕੇ ਮੈਡਲ ਵਾਪਸ ਕਰ ਰਹੇ ਕਿ ਉਹ ਪੜ੍ਹੇ ਲਿਖੇ ਨਹੀਂ? ਕੀ ਉਹ ਬੁੱਧੀਜੀਵੀ ਜਿਹੜੇ ਉੱਥੇ ਵਕੀਲ ਜਾ ਕੇ ਸਪੋਰਟ ਕਰ ਰਹੇ ਕਿ ਉਹ ਪੜ੍ਹੇ ਲਿਖੇ ਨਹੀਂ? ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਜਿਹੜੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਜਾ ਕੇ ਉੱਥੇ ਉਹਨਾਂ ਦੇ ਬੱਚੇ ਨੇ, ਕਿ ਉਹ ਪੜ੍ਹੇ ਲਿਖੇ ਨਹੀਂ? ਆਈਲੈਟਸ ਕਰਕੇ ਕੌਣ ਵਿਦੇਸ਼ਾਂ 'ਚ ਜਾ ਰਿਹਾ? ਕੌਣ ਉੱਥਾਂ ਜਾ ਕੇ ਉੱਥੋਂ ਦੇ ਮੰਤਰੀ ਮੰਡਲਾਂ 'ਚ ਸ਼ਾਮਿਲ ਹੋ ਰਿਹਾ? ਪੰਜਾਬੀ ਹੋ ਰਿਹਾ, ਪੰਜਾਬੀ ਸਿਰਫ ਇੱਕ ਥਾਂ 'ਤੇ ਨਹੀਂ, ਪੂਰੇ ਦੁਨੀਆ ਦੇ ਵਿੱਚ ਹੈਗਾ। ਤੁਸੀਂ ਇਹ ਗਲਤੀ ਨਾ ਕਰੋ, ਕਿਸਾਨਾਂ ਨੂੰ ਜਾਗਰੂਕ ਹੈ, ਉਹਨਾਂ ਨੂੰ ਯੂਥ ਨੂੰ ਪ੍ਰਮੋਟ ਨਾ ਕਰੋ, ਉਹਨਾਂ ਨੂੰ ਪ੍ਰਮੋਟ ਕਰੋ, ਉਹਨਾਂ ਨੂੰ ਅੱਗੇ ਲੈ ਕੇ ਆਓ। 3 ਕਾਲੇ ਕਾਨੂੰਨ ਵਾਪਸ ਲਓ, ਇਹ ਬਹੁਤ ਜ਼ਰੂਰੀ ਹੈ। ਰਿਸ਼ੀ ਜੀ, ਸਾਰੇ ਧਰਮਾਂ ਦੇ ਲੋਕ ਧਰਨੇ 'ਤੇ ਬੈਠੇ ਹੋਏ ਨੇ, ਇੱਕ ਸੰਨੀ ਦੇਓਲ ਗ੍ਰਹਿ 2.5 ਕਿਲੋ ਦਾ ਹੱਥ ਕਹਿ ਰਿਹਾ ਸੀ, ਇੱਕ ਪੰਜਾਬੀ ਹੀ, ਅੱਜ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ, ਕੀ ਕਹਿਣਾ ਚਾਹੁੰਦੇ? ਕਿਹਨਾਂ ਦੀ ਮੈਂ ਗੱਲ ਕਰੀ? ਧਰਮਿੰਦਰ। ਦੇਖੋ ਬੜੀ ਮਾੜੀ ਗੱਲ ਹੈ, ਧਰਮਿੰਦਰ ਹੋਣਾ ਦੀ, ਧਰਮਿੰਦਰ ਹੋਣਾ ਨੇ ਤਾਂ ਆਪਣਾ ਬਿਆਨ ਦਿੱਤਾ ਜੀ, ਪਰ ਉਹ ਬੱਚੇ ਜਿਹੜੇ ਨੇ ਸੰਨੀ ਦੇਓਲ ਦਾ 2.5 ਕਿਲੋ ਦਾ ਹੱਥ ਜਿਹੜਾ ਨਾ, ਉਹ ਮੈਨੂੰ ਲੱਗਦਾ ਕਿਸੇ ਦਾ ਨਾ ਪਿਛਵਾੜਾ ਸਾਫ਼ ਕਰਨ ਲਈ ਹੈ। ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਅੱਜ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਲੋੜ ਆ। ਅੱਜ ਅਸਲੀ ਜਿਹੜਾ ਸਕਰੀਨ ਦੇ ਉੱਤੇ ਦਹਾੜਾ ਮਾਰਦੇ ਸੀ, ਅੱਜ ਸੜਕਾਂ ਦੇ ਉੱਤਰ ਕੇ ਦਹਾੜਾ ਮਾਰਨ ਦਾ ਦਿਨ ਹੈ, ਅੱਜ ਕਿਸਾਨੀ ਨਾਲ ਖੜੇ ਹੋਣ ਦਾ ਦਿਨ ਹੈ। ਤੁਹਾਡੇ ਪਿਤਾ ਜੀ ਕਿਸਾਨ ਨੇ, ਤੁਸੀਂ ਚਲੋ ਸ਼ੁਰੂ ਤੋਂ ਇਲੈਕਟਰ ਰਹੇ ਹੋ, ਮੈਂ ਇੰਨੀ ਡੀਪਲੀ ਨਹੀਂ ਜਾਣਾ ਚਾਹੁੰਦਾ, ਤੁਸੀਂ ਉਸ ਲੈਵਲ ਦੀ ਗੱਲ ਕੀਤੀ ਨਹੀਂ ਕਿ ਤੁਹਾਡੇ ਬਾਰੇ ਗੱਲ ਕੀਤੀ ਜਾਵੇ। ਦੇਖੋ ਜੀ, ਇਹ ਭੁੱਖ ਹੜਤਾਲ ਹਰ 15 ਦਿਨਾਂ ਬਾਅਦ ਕਿਸੇ ਨਾ ਕਿਸੇ ਚੌਂਕ 'ਚ ਲੱਗਦੀ ਰਹੇਗੀ, ਜਿੱਥੇ ਬੱਚੇ 6 ਘੰਟੇ, ਬਜ਼ੁਰਗ 8 ਘੰਟੇ ਅਤੇ ਸਿਆਣੇ 12 ਘੰਟੇ, ਕਿਉਂਕਿ ਅੰਮ੍ਰਿਤਸਰ ਸ਼ਹਿਰ ਹੈ, ਇਹ ਖਾਣ ਪੀਣ ਦਾ ਸ਼ਹਿਰ ਹੈ, ਇਹ ਇੱਥੇ ਕੁਲਚੇ ਪੂੜੀਆਂ ਦਾ ਸ਼ਹਿਰ ਹੈ, ਉਹ ਅੰਨ ਦੀ ਮਹੱਤਤਾ ਨੂੰ ਜ਼ਿਆਦਾ ਸਮਝਦੇ ਨੇ, ਉਹ ਚੀਜ਼ ਸਮਝਦੇ ਨੇ ਕਿ ਅੰਨ ਹੈ ਕੀ।
ਅੱਜ ਵੀ ਸਾਨੂੰ ਇੱਥੇ ਚਲੇ ਜਾਈਏ ਮਾਲ ਦੇ ਵਿੱਚ 150 ਰੁਪਏ ਕਿਲੋ ਮੱਕੀ ਦਾ ਆਟਾ ਮਿਲਦਾ, ਅਤੇ ਜੇ ਆਪਾਂ ਮਜੀਠ ਮੰਡੀ ਚਲੇ ਜਾਈਏ ਤਾਂ ਸਾਨੂੰ ਇੱਥੋਂ 30 ਰੁਪਏ ਕਿਲੋ ਵੀ ਆਟਾ ਮਿਲ ਜਾਂਦਾ, ਅਤੇ ਜੇ ਮਜੀਠ ਮੰਡੀ 150 ਰੁਪਏ ਕਿਲੋ ਆਟਾ ਹੋਇਆ ਤਾਂ ਫਿਰ ਆਮ ਬੰਦੇ ਦਾ ਕੀ ਬਣੇਗਾ, ਇਹ ਸੋਚਣ ਦਾ ਵਿਸ਼ਾ।